ਅੱਜ ਗੱਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਬੁਲੇਟਿਨ ਦੀ ਸ਼ੁਰੂਆਤ ਅੱਜ ਦੀਆਂ ਵੱਡੀਆਂ ਤਹਿਮ ਅਪਡੇਟਸ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਦੇ ਸੈਕਟਰ 28 ਦੇ ਵਿੱਚ ਸਥਿਤ ਪਾਰਟੀ ਦੇ ਮੁਖ ਦਫ਼ਤਰ 'ਚ ਯੂਥ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨਾਲ ਮੀਟਿੰਗ ਕੀਤੀ। ਯੂਥ ਅਕਾਲੀ ਦਲ ਦੇ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ 'ਚ ਪੂਰਨ ਭਰੋਸਾ ਪ੍ਰਗਟਉਂਦਿਆਂ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਸਿਰਫ ਸੁਖਬੀਰ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਭਾਵਸ਼ਾਲੀ ਲੀਡਰਸ਼ਿਪ ਦੇ ਸਕਦੇ ਨੇ। ਯੂਥ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਸਿਧਾਂਤਾਂ ਨਾਲ ਕਦੇ ਵੀ ਸਮਝੌਤਾ ਨਹੀਂ ਹੋ ਸਕਦਾ। ਉਨ੍ਹਾਂ ਨੇ ਆਖਿਆ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਖਾਲਸਾ ਪੰਥ ਪੰਜਾਬ ਤੇ ਅਕ ਜੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਪਰਮਬੰਦ ਸਿੰਘ ਰੋਮਾਣਾ ਵੀ ਮੌਜੂਦ ਰਹੇ ਨੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਵੀ ਆਸਾਨੀ ਨਾਲ ਪਾਚਪਨ ਨਾਲ ਸਮਝੌਤਾ ਕਰ ਸਕਦਾ ਸੀ ਪਰ ਮੈਂ ਇਸ ਕਰਕੇ ਨਾ ਕੀਤੀ ਕਿਉਂਕਿ ਮੈਨੂੰ ਕਿਹਾ ਗਿਆ ਸੀ ਕਿ ਮੈਂ ਬੰਦੀ ਸਿੰਘਾ ਪੰਜਾਬ ਦੇ ਦਰਿਆਈ ਪਾਣੀ ਅਤੇ ਇਸ ਦੀ ਰਾਜਧਾਨੀ ਸਮੇਤ ਪੰਜਾਬ ਦੇ ਮਸਲਿਆਂ ਤੇ ਚਰਚਾ ਕੀਤੇ ਬਗੈਰ ਸੀਟਾਂ ਦਾ ਲੈਣ-ਦੇਣ ਕਰ ਲਵਾਂ ਸ਼੍ਰੀ ਬਾਦਲ ਨੇ ਯੂਥ ਅਕਾਲੀ ਦਲ ਦੇ ਆਗੂਆਂ ਵੱਲੋਂ ਪੇਸ਼ ਕੀਤੇ ਸੁਝਾਅ ਤੇ ਚੁਣੇ ਗਏ ਚੋਣਾ ਵਿੱਚ ਜਿਹੜੇ ਉਮੀਦਵਾਰ ਸਾਂਜਾ ਨੌਜਵਾਨ ਚਿਹਰੇ ਸਨ ਨੂੰ ਢੁਕਵੀਂ ਪ੍ਰਤੀਨਿਧਤਾ ਦੇ ਕੇ ਨੌਜਵਾਨਾਂ ਦੀ ਪਾਰਟੀ ਵਿੱਚ ਸ਼ਾਮਲਿਤ ਪੰਜਾਬ ਦੇ ਵਿੱਚ ਮੌਨਸੂਨ ਦੀ ਆਮਦ ਹੋਣ ਦੇ ਬਾਵਜੂਦ ਲੋਕਾਂ ਨੂੰ ਅੱਜ ਸਾਰਾ ਦਿਨ ਗਰਮੀ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ ਅਗਲੇ 3 ਦਿਨ ਮੀਂਹ ਪੈਣ ਦੀ ਪੇਸ਼ੀਂਗੋਈ ਕੀਤੀ ਹੈ। ਇਸ ਤਹਿਤ ਪੰਜਾਬ ਦੇ ਵਿੱਚ 30 ਜੂਨ ਤੋਂ 2 ਜੁਲਾਈ ਤੱਕ ਪੰਜਾਬ 'ਚ ਮੀਂਹ ਪੈ ਸਕਦਾ ਜਿਸ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਗੁਜਰਾਹਤ ਮਿਲੇਗੀ। ਅੱਜ ਪੰਜਾਬ ਦਾ ਗੁਰਦਾਸਪੁਰ ਸਭ ਤੋਂ ਗਰਮ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 42.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਘੱਟੋ-ਘੱਟ ਸਤਾਈ। ਦੱਸਦੀ ਹੈ ਕਿ ਮੌਸਮ ਵਿਭਾਗ ਦੇ ਡਾਇਰੈਕਟਰ ਏਕਿਤ ਸਿੰਘ ਨੇ ਕਿਹਾ ਹਾਲੇ ਤੱਕ ਪਠਾਨਕੋਟ ਪਿੱਛੇ ਮੌਸਮ ਨੇ दस्तक ਦਿੱਤੀ ਹੈ ਪਰ ਇੱਕ ਦੋ ਦਿਨਾਂ ਦੇ ਵਿੱਚ ਮੌਸਮ ਮੌਨਸੂਨ ਜਿਹੜਾ ਹੈ ਉਹ ਬਦਲ ਸਕਦਾ ਹੈ ਬਾਕੀ ਪੰਜਾਬ ਦੇ ਵਿੱਚ ਵੀ ਪਹੁੰਚ ਜਾਵੇਗਾ ਇੱਕ ਰੂਸੀ ਸੈਟੇਲਾਈਟ ਸਪੇਸ ਵਿੱਚ ਤਬਾਹ ਹੋਇਆ ਜਿਸ ਨਾਲ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਦੇ ਯਾਤਰੀਆਂ ਲਈ ਖਤਰਾ ਵਧਿਆ ਰੂਸ ਦਾ ਉਪਕਰ ਹੈ ਪੁਲਾੜ ਚ 100 ਤੋਂ ਵੱਧ ਟੁਕੜਿਆਂ ਚ ਟੁੱਟਿਆ ਜਿਸ ਕਾਰਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਪੁਲਾੜ ਯਾਤਰੀਆਂ ਨੂੰ ਕਰੀਬ ਇੱਕ ਘੰਟੇ ਤੱਕ ਪਨਾਹ ਲੈਣੀ ਪਈ ਪੁਲਾੜ ਚ ਕਰੀਬ ਪਹਿਲਾਂ ਹੀ ਕੂੜਾ ਕਾਫੀ ਜ਼ਿਆਦਾ ਸੀ ਜਿਸ ਲਈ ਰੂਸ ਦੇ ਉਪਕਰ ਹੈ ਤਬਾਹ ਹੋਣ ਤੋਂ ਬਾਅਦ ਕੂੜਾ ਹੋਰ ਵਧਿਆ ਹਾਲਾਂਕਿ ਅੱਜ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਕਿਵੇਂ ਟੁੱਟਿਆ ਮਹਾਰਾਜ ਦਾ ਅੰਦਾਜ਼ਾ ਹੈ ਕਿ ਕਿਸੇ ਮਿਜ਼ਾਈਲ ਨੇ ਇਸ ਨੂੰ ਨਿਸ਼ਾਨਾ ਬਣਾਇਆ ਸੀ ਤੇ ਰੂਸ ਨੇ 2022 ਵਿੱਚ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ ਪਰ ਪੁਲਾੜ ਦੇ ਮਲਬੇ ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਅਮਰੀਕੀ ਪੁਲਾੜ ਕਮਾਂਡ ਨੇ ਕਿਹਾ ਹੈ ਕਿ ਰੂਸੀ ਉਪਗ੍ਰਹਿ ਤੋਂ ਕਿਸੇ ਹੋਰ ਉਪਕਰਣ ਨੂੰ ਕੋਈ ਖਤਰਾ ਨਹੀਂ ਹੈ। ਈਰਾਨ ਵਿੱਚ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲਈ ਹੋਰ VOTING ਜਿਹੜੀ ਸੀ ਉਹ ਜਾਰੀ ਹੋਈ ਸੀ ਕਿਸੇ ਵੀ ਉਮੀਦਵਾਰ ਨੂੰ ਜਿੱਤ ਲਈ ਲੋੜਿੰਦੀਆਂ ਵੋਟਾਂ ਨਹੀਂ ਮਿਲੀਆਂ ਜਿਸਮ ਅਗਰ ਉਹ ਸੁਧਾਰਵਾਦੀ ਉਮੀਦਵਾਰ ਮਜ਼ੂਦ ਪਜ਼ੇਸ਼ੀਅਨ ਅਤੇ ਕਟੜਪੰਥੀ ਆਗੂ ਸੈਦ ਜ਼ਲੀਲੀ ਵਿਚਾਲੇ ਹੁਣ ਫਸਮਾ ਮੁਕਾਬਲਾ ਹੋਵੇਗਾ ਚੋਣ ਬੁਲਾ ਰਹੇ ਮੌਸਨ ਇਸਲਾਮੀ ਨੇ ਪਤਰਕਾਰ ਸੰਮੇਲਨ ਦੌਰਾਨ ਨਤੀਜਿਆਂ ਦਾ ਐਲਾਨ ਕੀਤਾ ਜਿਸ ਦਾ ਈਰਾਨ ਦੇ ਸਰਕਾਰੀ ਟੀਵੀ ਚੈਨਲਾਂ ਤੇ ਵੀ ਸਿੱਧਾ ਪ੍ਰਸਾਰਣ ਹੋਇਆ ਉਹਨਾਂ ਦੱਸਿਆ ਕਿ ਕੁੱਲ 2 ਕਰੋੜ 45 ਵੋਟਾਂ ਚੋ ਪਜ਼ੈਸ਼ਕੀਨ ਨੂੰ 1 ਕਰੋੜ 4 ਲੱਖ ਤੇ ਜ਼ਲੀਲੀ ਨੂੰ 94 ਲੱਖ ਵੋਟਾਂ ਮਿਲੀਆਂ ਸੰਸਦ ਦੇ ਕੱਟੜਪੰਥੀ ਸਪੀਕਰ ਮੁਹੰਮਦ ਬਾਰੀ ਖਲੀਬਾਫ ਨੇ 33 ਲੱਖ ਤੇ ਸ਼ਿਆ ਧਾਰਮਿਕ ਆਗੂ ਮੁਸਤਾਫਾ ਮੋਰ ਮੁਹੰਮਦੀ ਨੂੰ ਤਕਰੀਬਨ 2 ਲੱਖ 6000 ਵੋਟਾਂ ਮਿਲੀਆਂ ਸਨ ਈਰਾਨ ਦੇ ਕਾਨੂੰਨ ਅਨੁਸਾਰ 5% ਤੋਂ ਬਾਅਦ ਵੋਟਾਂ ਹਾਸਲ ਕਰਨ ਤੇ ਹੀ ਕੋਈ ਉਮੀਦਵਾਰ ਜੇਤੂ ਵੈਲਾ ਨਹੀਂ ਜਾ ਸਕਦਾ ਤੇ ਜੇ ਸਿੱਧਾ ਜਿਹਾ ਨਹੀਂ ਹੁੰਦਾ ਤਾਂ ਸਿਖਰਲੇ ਦੋ ਉਮੀਦਵਾਰਾਂ ਵਿਚਾਲੇ ਮੁਕਾਬਲਾ ਹੋਵੇਗਾ ਟੀ20 ਵਰਲਡ ਦੇ ਫਾਈਨਲ ਮੈਚ ਦੇ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ। ਇਹ ਦੂਜੀ ਵਾਰ ਹੈ ਜਦੋਂ ਭਾਰਤ ਨੇ ਟੀ20 ਵਿਸ਼ਵ ਕੱਪ ਜਿੱਤਿਆ ਹੈ। ਪੀਐਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਵੀਡੀਓ ਜਾਰੀ ਕਰਦੇ ਹੋਏ ਇਸ ਦੀ ਜਿੱਤ ਦੀ ਵਧਾਈ ਦਿੱਤੀ ਹੈ ਤੇ ਖੇਡ ਮੰਤਰੀ ਮਨਸੁਖ ਮਾਂਡਵਿਆ ਸਮੇਤ ਕਈ ਨੇਤਾਵਾਂ ਨੇ ਐਕਸ ਤੇ ਪੋਸਟ ਸਾਂਝੀ ਕਰਕੇ ਟੀਮ ਇੰਡੀਆ ਨੂੰ ਵਧਾਈ ਦਿੱਤੀ। ਟੀਮ ਇੰਡੀਆ ਦੀ ਜਿੱਤ ਤੇ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ 140 ਕਰੋੜ ਦੇਸ਼ਵਾਸੀ ਮਾਣ ਮਹਿਸੂਸ ਕਰ ਰਹੇ ਨੇ। ਖੇਡ ਦੇ ਮੈਦਾਨ ਤੇ ਤੁਸੀਂ ਵਿਸ਼ਵ ਕੱਪ ਜਿੱਤਿਆ ਪਰ ਭਾਰਤ ਦੇ ਹਰ ਪਿੰਡ ਗਲੀ ਤੇ ਮੋਹੱਲੇ ਚ ਤੁਸੀਂ ਦੇਸ਼ ਵਾਸੀਆਂ ਦਾ ਦਿਲ ਜਿੱਤ ਲਿਆ। ਇਹ ਟੂਰਨਾਮੈਂਟ ਇੱਕ ਖਾਸ ਕਾਰਨ ਕਰਕੇ ਵੀ ਯਾਦ ਰੱਖਿਆ ਜਾਵੇਗਾ। ਇਸ ਟੂਰਨਾਮੈਂਟ ਦੇ ਵਿੱਚ ਇੰਨੇ ਦੇਸ਼ਾਂ ਤੇ ਇੰਡੀਆ ਟੀਮਾਂ ਦੇ ਨਾਲ ਇੱਕ ਵੀ ਮੈਚ ਨਾ ਹਾਰਨਾ ਕੋਈ ਛੋਟੀ ਪ੍ਰਾਪਤੀ ਨਹੀਂ ਹੈ। ਖਰੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਅਸਾਮ ਦੇ ਡਿਬਰੂਗੜ ਜੇਲ੍ਹ ਤੋਂ ਲੋਕ ਸਭਾ ਚੋਣਾਂ ਵਿੱਚ ਉਹਨਾਂ ਦਾ ਸਾਥ ਦੇਣ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਇਹ ਜਾਣਕਾਰੀ ਐਡਵੋਕੇਟ ਇਮਾਨ ਸਿੰਘ ਖਾਰਾ ਨੇ ਇੱਕ ਵੀਡੀਓ ਸਾਂਝੀ ਕਰਦਿਆਂ ਦਿੱਤੀ ਹੈ। ਉਹਨਾਂ ਜਾਣਕਾਰੀ ਦਿੰਦੇ ਹਨ ਕਿ ਹੈ ਕਿ ਉਹ ਅਸਾਮ ਦੇ ਡਿਬਰੂਗੜ ਜੇਲ੍ਹ ਦੇ ਵਿੱਚ ਪਏ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਸਿੰਘਾਂ ਨਾਲ ਮੁਲਾਕਾਤ ਕਰਕੇ ਆਏ ਨੇ। ਉਹਨਾਂ ਨੇ ਆਖਿਆ ਕਿ ਮੁਲਾਕਾਤ ਦੌਰਾਨ ਪਏ ਅਮਰਿਤਪਾਲ ਸਿੰਘ ਸਮੇਤ ਸਾਥੀ ਸਿੰਘਾਂ ਨੇ ਕੌਮ ਦਾ ਧੰਨਵਾਦ ਕੀਤਾ ਕਿਹਾ ਕਿ ਉਹ ਪਏ ਅਮਰਿਤਪਾਲ ਸਿੰਘ ਦੇ ਸੌਚਕ ਸਮਾਗਮ ਸੰਬੰਧੀ ਪੈਰ ਵੀ ਪੂਰਜ਼ੋਰ ਤਰੀਕੇ ਨਾਲ ਕਰ ਰਹ ਕਿ ਕਿਸੇ ਵੀ ਅਫਵਾਹਾਂ ਤੇ ਯਕੀਨ ਨਾ ਕਰ ਨਾਈਜੀਰੀਆ ਚ ਇੱਕ ਵਾਰ ਫਿਰ ਆਤਮਕਾਤਿ ਹਮਲਿਆਂ ਦੇ ਨਾਲ ਹੈਲਜੁਲ ਹੋਈ ਹੈ ਉੱਤਰਪੂਰਬੀ ਨਾਈਜੀਰੀਆ ਦੇ ਵਿੱਚ ਲੜੀਬਾਰ ਆਤਮਕਾਤਕ ਹਮਲਿਆਂ 'ਚ ਘੱਟੋ-ਘੱਟ 18 ਲੋਕ ਮਾਰੇ ਗਏ ਨੇ 19 ਗੰਭੀਰ ਰੂਪ ਨਾਲ ਜ਼ਖਮੀ ਨੇ ਗਬੋਜ਼ਾ ਸ਼ਹਿਰ 'ਚ ਤਨਤਮਾਕਾ ਦੌਰਾਨ ਇੱਕ ਵਿੱਚ ਇੱਕ ਹਮਲਾਵਰ ਔਰਤ ਨੇ ਇੱਕ ਬੱਚੇ ਨੂੰ ਪਿੱਠ ਤੇ ਬੰਨ੍ਹ ਕੇ ਵਿਆਹ ਸਮਾਹਰੋ ਦੇ ਵਿੱਚ ਕਾਰ ਵਿਸਫੋਟਾ ਨਾਲ ਤਮਾਕਾ ਕੀਤਾ ਦੂਜਾ ਹਮਲਾ ਕੈਮਰੂਨ ਦੇ ਇੱਕ ਸਰਹਾਦੀ ਸ਼ਹਿਰ ਦੇ ਖਾਸਪਤਾਲ 'ਚ ਹੋਇਆ ਤੀਜਾ ਹਮਲਾ ਵਿਆਹ ਦੇ ਹਮਲੇ 'ਚ ਮਾਰੇ ਗਏ ਲੋਕਾਂ ਦੀਆਂ ਅੰਤਿਮ ਰਸਮਾਂ ਦੌਰਾਨ ਹੋਇਆ ਬੋਰਨਿਆ ਸਟੇਟ ਐਮਰਜੈਂਸੀ ਮੈਨੇਜਮੈਂਟ ਏਜੰਸੀ ਮੁਤਾਬਕ ਹਮਲਿਆਂ 42 ਜ਼ਖਮੀਆਂ ਚ 19 ਗੰਭੀਰ ਰੂਪ ਚ ਹੋਰ ਜ਼ਿਆਦਾ ਜ਼ਖਮੀ ਨੇ ਤੇ ਜਿਨ੍ਹਾਂ ਨੂੰ ਮੈਦੂਗਰੀ ਹਿਲਾਇਆ ਗਿਆ ਜਦਕਿ 23 ਹੋਰ ਲੋਕਾਂ ਨੂੰ ਬਾਹਰ ਕੱਢਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਨਸ਼ਿਆ ਤੇ ਗੈਂਗਸਟਰਾਂ ਦੇ ਨੈਕਸਸ ਨੂੰ ਤੋੜਨ ਚ ਦਿਨ ਰਾਤ ਮਿਹਨਤ ਕਰ ਰਹੀ ਹੈ ਇਸੇ ਚੱਲਦੇ ਹੋਰ ਅਮ ਵੱਲੋਂ ਕਾਰਵਾਈ ਕਰਦੇ ਆਂ ਕਈ ਗੈਂਗਸਟਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਕਈਆਂ ਨੂੰ ਫੜਿਆ ਗਿਆ ਨਾਲ ਹੀ ਕਈ ਥਾਵਾਂ ਤੇ ਮੁਕਾਬਲੇ ਵੀ ਦੇਖਣ ਨੂੰ ਮਿਲੇ ਇਸੇ ਚੱਲਦੇ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਆਤਵਾਦੀ ਲਖਬੀਰ ਲੰਡਾ ਤੇ ਪੰਜ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਮੁਲਜ਼ਮਾਂ ਕੋਲੋਂ ਕਰੀਬ 4 ਵਿਦੇਸ਼ੀ ਪਿਸਤੌਲ ਇੱਕ ਰਿਵਾਲਵਰ ਤੋਂ ਮੈਗਜ਼ਨ ਤੇ ਦੋ ਕਾਰਤੂਸ ਪ੍ਰਾਪਤ ਕੀਤੇ ਇਸ ਸੰਬੰਧੀ ਥਾਣਾ ਸਿਟੀ ਦੀ ਪੁਲਿਸ ਨੇ ਅਸਲਾ ਐਕਟ ਸਮੇਤ ਵੱਖ-ਵੱਖ ਤਰ੍ਹਾਂਾ ਤਹਿਤ ਕੇਸ ਦਾਜ ਕਰ ਲ ਇਹ ਕਿ ਹੈ ਪਿਛਲੇ 15 ਦਿਨਾਂ ਤੋਂ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਉਕਤ ਮਲਜ਼ਮਾ ਖਿਲਾਫ ਜਾਲ ਵਿਛਾਇਆ ਹੋਇਆ ਸੀ 15 ਦਿਨਾਂ ਦੀ ਕਾਰਵਾਈ ਤੋਂ ਬਾਅਦ ਕੈਨੇਡਾ ਸੇ ਤੱਤਵਾਦੀ ਲਖਵੀਰ ਲੰਡਾ ਗੈਂਗ ਦੇ ਪੰਜ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਮਲਜ਼ਮਾ ਕੋਲੋਂ ਪਾਕਿਸਤਾਨ ਤੋਂ ਹਥਿਆਰਾਂ ਦੀ ਖੇਪ ਲਿਆਉਣ ਦੇ ਸਾਨ ਜੋ ਬਰਾਮਦ ਹੋਈ ਹੈ ਉਹਨਾਂ ਨੇ ਪੰਜਾਬ ਸਣੇ ਵੱਖ-ਵੱਖ ਸੂਬਿਆਂ 'ਚ ਨਸ਼ਾ ਸਪਲਾਈ ਕਰਨ ਕਤਲ ਫਿਰੋਤੀ ਤੇ ਜ਼ਬਰੀ ਵਸੂਲੀਆਂ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਉਕਤ ਮਲਜ਼ਮਾ ਖਿਲਾਫ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਦਰਜਨਾ ਕੇਸ ਦਰਜ দুই سانتেশ টুনে দি খবরা হুন মেনা দেবল इजाजत ধন্যবাদ